ਸਾਧਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤਾਂ ਮੈਂ ਜੱਜ ਸਿੰਘ ਚਾਹਲ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਤਕੜੇ ਤੋਂ ਤਕੜਾ ਝਟਕਾ ਦਿੱਤਾ ਜਾ ਰਿਹਾ ਹੈ ਟੈਕਸ ਦੇ ਰੂਪ ਦੇ ਵਿੱਚ ਅਤੇ ਹੁਣ ਦੋ ਨਵੇਂ ਝਟਕੇ ਮਾਨ ਸਰਕਾਰ ਦੇ ਵੱਲੋਂ ਪੰਜਾਬੀਆਂ ਨੂੰ ਦਿੱਤੇ ਗਏ ਨੇ ਜਿਨ੍ਹਾਂ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਸਭ ਤੋਂ ਤਾਜ਼ਾ ਝਟਕਾ ਮਾਨ ਸਰਕਾਰ ਨੇ ਨਵੀਆਂ ਅਤੇ ਪੁਰਾਣੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਦੇ ਟੈਕਸ ਦੇ ਵਿੱਚ ਵਾਧਾ ਕਰਕੇ ਦਿੱਤਾ ਹੈ ਮਾਨ ਸਰਕਾਰ ਦੇ ਵੱਲੋਂ ਨਵੀਆਂ ਗੱਡੀਆਂ ਦੀ ਆਰਸੀ ਬਣਾਉਣ ਦੇ ਵਿੱਚ ਜੋ ਟੈਕਸ ਲੱਗਦਾ ਹੈ ਉਸ ਦੇ ਵਿੱਚ ਵਾਧਾ ਕਰ ਦਿੱਤਾ ਹੈ ਅਤੇ ਜੇਕਰ ਪੁਰਾਣੀਆਂ ਗੱਡੀਆਂ ਦੀ ਵੀ ਆਰਸੀ ਬਣਾਈ ਜਾਂਦੀ ਹੈ ਉਸ ਤੇ ਵੀ ਜੋ ਸਰਕਾਰ ਦੇ ਵੱਲੋਂ ਟੈਕਸ ਲਿਆ ਜਾਂਦਾ ਹੈ ਮੋਟਰ ਵਹੀਕਲ ਟੈਕਸ ਉਸ ਦੇ ਵਿੱਚ ਵੀ ਸਰਕਾਰ ਨੇ ਵਾਅਦਾ ਕਰ ਦਿੱਤਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਹੁਣ ਗੱਡੀਆਂ ਸਿਰਫ ਗੱਡੀਆਂ ਹੀ ਨਹੀਂ ਸਕੂਟਰ ਮੋਟਰਸਾਈਕਲ ਦੁਪਈਆ ਵਾਹਣਾ ਇਹ ਸਾਰਾ ਕੁਝ ਮਹਿੰਗਾ ਹੋ ਗਿਆ ਹੈ ਹੋ ਗਿਆ ਹੈ ਇਸ ਕਰਕੇ ਆਖ ਰਹੇ ਹਾਂ ਕਿਉਂਕਿ ਐਲਾਨ ਕਰਦੇ ਅਨਸਾਰ ਹੀ ਮਾਨ ਸਰਕਾਰ ਦੇ ਵੱਲੋਂ ਆਪਣੇ ਇਸ ਫੈਸਲੇ ਨੂੰ ਉਸੇ ਵੇਲੇ ਹੀ ਪੰਜਾਬ ਦੇ ਵਿੱਚ ਲਾਗੂ ਵੀ ਕਰ ਦਿੱਤਾ ਗਿਆ ਹੁਣ ਜੇਕਰ ਤੁਸੀਂ ਸਕੂਟਰ ਖਰੀਦਦੇ ਹੋ ਮੋਟਰਸਾਈਕਲ ਖਰੀਦਦੇ ਹੋ ਕੋਈ ਗੱਡੀ ਖਰੀਦਦੇ ਹੋ ਤਾਂ ਉਥੇ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ ਕਿੰਨਾ ਕਰ ਟੈਕਸ ਇਸ ਵੇਲੇ ਭਰਨਾ ਪਵੇਗਾ ਉਸਦੇ ਬਾਰੇ ਵੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਜੇਕਰ ਤੁਸੀਂ ਚਾਰ ਪਈਆ ਵਾਹਨ ਖਰੀਦ ਰਹੇ ਹੋ 15 ਲੱਖ ਤੱਕ ਦੀ ਗੱਡੀ ਨਵੀਂ ਜੇਕਰ ਤੁਸੀਂ ਲੈਂਦੇ ਹੋ ਤਾਂ ਤੁਹਾਨੂੰ 9.5% ਦੀ ਟੈਕਸ ਪੇ ਕਰਨਾ ਪਵੇਗਾ 15 ਲੱਖ ਤੋਂ 25 ਲੱਖ ਦੀ ਜੇਕਰ ਗੱਡੀ ਖਰੀਦਦੇ ਹੋ ਨਵੀਂ ਤਾਂ 12% ਟੈਕਸ ਤੁਹਾਨੂੰ ਭਰਨਾ ਪਵੇਗਾ 25 ਲੱਖ ਤੋਂ ਉੱਪਰ ਨਵੀਂ ਗੱਡੀ ਤੇ 13% ਦੀ ਟੈਕਸ ਭਰਨਾ ਪਵੇਗਾ ਜੇਕਰ ਤੁਸੀਂ ਚਾਰ ਪਹੀਆ ਵਾਹਨ ਪੁਰਾਣੀ ਗੱਡੀ ਖਰੀਦੇ ਹੋ ਉਸ ਦੀ ਆਰਸੀ ਜੇਕਰ ਤੁਸੀਂ ਬਣਾਉਂਦੇ ਹੋ 15 ਲੱਖ ਤੱਕ 9% ਦੀ ਟੈਕਸ ਤੁਹਾਨੂੰ ਭਰਨਾ ਪਵੇਗਾ ਜੋ ਪਹਿਲਾਂ ਘੱਟ ਸੀ ਹੁਣ ਵਧਾਇਆ ਗਿਆ ਹੈ ਸਾਰਾ ਕੁਝ ਇਹ ਸਾਰੇ ਟੈਕਸ ਵਧਾਏ ਗਏ ਨੇ ਅਤੇ 15 ਲੱਖ ਤੋਂ ਉੱਤੇ ਦੀ ਜਿਹੜੀ ਗੱਡੀ ਹੈ ਚਾਰ ਪਹੀਆ ਵਾਹਨ ਪੁਰਾਣੀ ਜੇਕਰ ਉਸ ਦੀ ਤੁਸੀਂ ਆਰਸੀ ਬਣਵਾਉਂਦੇ ਹੋ ਰਜਿਸਟ੍ਰੇਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 11% ਦੀ ਟੈਕਸ ਭਰਨਾ ਪਵੇਗਾ ਗੱਲ ਜੇਕਰ ਹੁਣ ਦੋ ਪਹੀਆ ਵਾਹਨ ਦੀ ਕਰੀਏ ਜਿਸ ਦੇ ਵਿੱਚ ਸਕੂਟਰ ਮੋਟਰਸਾਈਕਲ ਆ ਜਾਂਦੇ ਨੇ ਤਾਂ ਉਹਨਾਂ ਤੇ ਵੀ ਲੱਗਣ ਵਾਲਾ ਟੈਕਸ ਪੰਜਾਬ ਸਰਕਾਰ ਦੇ ਵੱਲੋਂ ਵਧਾ ਦਿੱਤਾ ਗਿਆ ਦੋ ਪਹੀਆ ਵਾਹਨ ਜੇਕਰ ਨਵਾਂ ਖਰੀਦਦੇ ਹੋ 1 ਲੱਖ ਤੱਕ ਉਸ ਦੀ ਕੀਮਤ ਹੈ 7.5% ਤੁਹਾਨੂੰ ਟੈਕਸ ਭਰਨਾ ਪਵੇਗਾ ਜੋ ਪਹਿਲਾਂ ਘੱਟ ਸੀ 1 ਲੱਖ ਤੋਂ 2 ਲੱਖ ਹੈ ਜੇਕਰ ਕੀਮਤ ਦੋ ਪਹੀਆ ਵਾਹਨ ਨਵੇਂ ਦੀ ਤਾਂ 10% ਦੀ ਟੈਕਸ 2 ਲੱਖ ਤੋਂ ਵੱਧ ਜੇਕਰ ਤੁਸੀਂ ਨਵਾਂ ਦੋ ਪਹੀਆ ਵਾਹਨ ਖਰੀਦਦੇ ਹੋ ਉਸ ਤੇ ਤੁਹਾਨੂੰ 11% ਦੀ ਟੈਕਸ ਭਰਨਾ ਪਵੇਗਾ ਦੋ ਪਹੀਆ ਵਾਹਨ ਜੇਕਰ ਤੁਸੀਂ ਪੁਰਾਣਾ ਖਰੀਦਿਆ ਹੈ ਉਸ ਦੀ ਰਜਿਸਟ੍ਰੇਸ਼ਨ ਕਰਵਾਉਂਦੇ ਹੋ ਤਾਂ 1 ਲੱਖ ਤੱਕ ਜੇਕਰ ਉਸ ਦੀ ਕੀਮਤ ਹੈ ਤਾਂ 7% ਦੀ ਤੁਹਾਨੂੰ ਟੈਕਸ ਭਰਨਾ ਪਵੇਗਾ 1 ਲੱਖ ਤੋਂ ਲੈ ਕੇ 2 ਲੱਖ ਤੱਕ ਜੇਕਰ ਕੀਮਤ ਹੈ ਤਾਂ 9% ਤੁਹਾਨੂੰ ਟੈਕਸ ਭਰਨਾ ਪਵੇਗਾ ਸਰਕਾਰ ਦੇ ਵੱਲੋਂ ਆਪਣੇ ਇਸ ਫੈਸਲੇ ਨੂੰ ਉਸੇ ਵੇਲੇ ਹੀ ਲਾਗੂ ਵੀ ਕਰ ਦਿੱਤਾ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਦਾ ਸਿੱਧਾ ਸਿੱਧਾ ਅਸਰ ਪੰਜਾਬ ਦੇ ਲੋਕਾਂ ਤੇ ਪਵੇਗਾ ਉਹਨਾਂ ਦੀ ਜੇਬ ਤੇ ਪਵੇਗਾ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਦੀਵਾਲੀਆਂ ਦਸਹਿਰੇ ਆ ਰਹੇ ਨੇ ਲੋਕਾਂ ਦੇ ਵੱਲੋਂ ਵੱਡੇ ਪੱਧਰ ਤੇ ਵਾਹਨਾਂ ਦੀ ਖਰੀਦਦਾਰੀ ਕੀਤੀ ਜਾਂਦੀ ਹੈ ਭਾਵੇਂ ਦੁਪਈਆ ਵਾਹਨ ਹੋਣ ਭਾਵੇਂ ਚਾਰ ਪਈਆ ਵਾਹਨ ਇਸੇ ਕਰਕੇ ਹੀ ਤਿਉਹਾਰਾਂ ਤੋਂ ਪਹਿਲਾਂ ਸਰਕਾਰ ਨੇ ਟੈਕਸ ਦੇ ਵਿੱਚ ਵਾਧਾ ਕਰ ਦਿੱਤਾ ਅਤੇ ਆਪਣੇ ਫੈਸਲੇ ਨੂੰ ਇਮੀਡੀਏਟ ਇਫੈਕਟ ਦੇ ਨਾਲ ਉਸੇ ਵੇਲੇ ਲਾਗੂ ਵੀ ਕਰ ਦਿੱਤਾ ਹੈ ਭਾਵਾ ਜਿਸ ਦਿਨ ਐਲਾਨ ਕੀਤਾ ਸਰਕਾਰ ਨੇ ਉਸੇ ਦਿਨ ਤੋਂ ਹੀ ਇਹ ਸਾਰੀਆਂ ਗੱਡੀਆਂ ਪੰਜਾਬ ਦੇ ਵਿੱਚ ਮਹਿੰਗੀਆਂ ਹੋ ਚੁੱਕੀਆਂ ਨੇ ਜਦੋਂ ਹੁਣ ਸਰਕਾਰ ਦੇ ਵੱਲੋਂ ਇਹ ਝਟਕਾ ਲੋਕਾਂ ਨੂੰ ਦਿੱਤਾ ਗਿਆ ਹੈ ਤਾਂ ਵਿਰੋਧੀ ਧਿਰਾਂ ਦੇ ਆਗੂ ਇਸ ਮੁੱਦੇ ਤੇ ਬੋਲ ਪਏ ਨੇ ਸਭ ਤੋਂ ਪਹਿਲਾਂ ਬੋਲੇ ਸ਼ਰਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਵੱਲੋਂ ਇਹ ਟੈਕਸ ਵਧਾਉਣ ਵਾਲੀ ਖਬਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਅਤੇ ਨਾਲ ਮਜੀਠੀਆ ਨੇ ਲਿਖਿਆ ਪੰਜਾਬ ਦੇ ਇੱਕ ਇੱਕ ਪੈਸੇ ਦਾ ਹਿਸਾਬ ਰੱਖਣ ਦੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਜੀ ਬਜਟ ਵਿੱਚ ਕੋਈ ਤਜਵੀਜ਼ ਨਹੀਂ ਲਿਆਉਂਦੇ ਬਜਟ ਮਗਰੋਂ ਲਾਉਂਦੇ ਹਨ ਲੋਕਾਂ ਸਿਰ ਨਵੇਂ ਟੈਕਸ ਪਹਿਲਾ ਜ਼ਮੀਨਾਂ ਦੀ ਰਜਿਸਟ੍ਰੇਸ਼ਨ ਲਈ ਸਟੈਂਪ ਫੀਸ ਵਧਾਈ ਹੁਣ ਮੋਟਰ ਗੱਡੀਆਂ ਦੀ ਰਜਿਸਟ੍ਰੇਸ਼ਨ ਲਈ ਟੈਕਸ ਵਿੱਚ ਬੇਅਤਹਾਸ਼ਾ ਵਾਧਾ ਪੰਜਾਬ ਚ ਦੋ ਪਹੀਆ ਤੇ ਚਾਰ ਪਹੀਆ ਵਾਹਨ ਲੈਣੇ ਹੋਏ ਮਹਿੰਗੇ ਵਿਕਾਸ ਦੇ ਨਾਂ ਤੇ ਕਾਰਗੁਜ਼ਾਰੀ ਜ਼ੀਰੋ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਨਾਂ ਤੇ ਕਾਰਗੁਜ਼ਾਰੀ ਜ਼ੀਰੋ ਸਮਾਰਪ ਭਲਾਈ ਦੇ ਨਾਂ ਤੇ ਕਾਰਗੁਜ਼ਾਰੀ 0 ਪੰਜਾਬ ਦਾ ਸਰਕਾਰੀ ਖਜ਼ਾਨਾ ਲੁੱਟਣ ਦੇ ਨਾਂ ਤੇ ਕਾਰਗੁਜ਼ਾਰੀ 100 ਵਿੱਚੋਂ 100 ਕਿਉਂਕਿ ਖਜ਼ਾਨਿਆਂ ਦੀ ਲੁੱਟ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪਸਾਰ ਤੇ ਲਟਾਈ ਇਸ਼ਤਿਹਾਰਬਾਜ਼ੀ ਤੇ ਪ੍ਰੋਪਗੈਂਡਾ ਤੋਂ ਇਲਾਵਾ ਪ੍ਰਾਪਤੀਆਂ ਫਿਰ 0 ਕਿਉਂ ਪੰਜਾਬ ਦਾ ਪੱਠਾ ਪਠਾਰੇ ਹੋ ਸਿੱਧਾ ਹੱਥ ਜੋੜ ਕੇ ਆਖ ਦਿਓ ਕਿ ਸਾਡੇ ਤੋਂ ਨਹੀਂ ਚੱਲਦੀ ਸਰਕਾਰ ਪੰਜਾਬ ਦਾ ਖੇੜਾ ਛੱਡੋ ਸੂਬੇ ਦੀ ਬਰਬਾਦੀ ਰੋਕੋ ਸੱਤਾ ਤਿਆਗੋ ਪੰਜਾਬ ਦੀ ਸੋਚੋ ਮਜੀਠੀਆ ਦੇ ਵੱਲੋਂ ਇਹ ਸਲਾਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਗਈ ਹੈ ਹੱਥ ਜੋੜ ਕੇ ਆਖਦੇ ਹੋ ਸਾਡੇ ਤੋਂ ਸਰਕਾਰ ਨਹੀਂ ਚੱਲਦੀ ਹੈ ਕਾਂਗਰਸ ਦੀ ਗੱਲ ਕਰੀਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਸੋਸ਼ਲ ਮੀਡੀਆ ਤੇ ਇਹ ਖਬਰ ਸਾਂਝੀ ਕੀਤੀ ਹੈ ਅਤੇ ਨਾਲ ਉਹਨਾਂ ਦੇ ਵੱਲੋਂ ਇਸ ਮੁੱਦੇ ਤੇ ਇੱਕ ਟਵੀਟ ਵੀ ਕੀਤਾ ਗਿਆ ਉਹਨਾਂ ਨੇ ਆਖਿਆ ਕਿ ਹੁਣ ਸਰਕਾਰ ਦੇ ਵੱਲੋਂ ਆਪਣੀ ਨਲੈਕੀ ਦਾ ਬੋਝ ਲੋਕਾਂ ਤੇ ਪਾਇਆ ਜਾ ਰਿਹਾ ਹੈ ਵਿੱਤੀ ਮੈਨੇਜਮੈਂਟ ਵਿੱਤੀ ਪ੍ਰਬੰਧਨ ਨਹੀਂ ਹੋ ਪਾਰਿਆ ਇਸ ਸਰਕਾਰ ਦੇ ਕੋਲੋਂ ਇਸ ਕਰਕੇ ਮੋਟਰ ਵਹੀਕਲ ਟੈਕਸ ਵਧਾ ਕੇ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਅਤੇ ਲੋਕਾਂ ਤੇ ਬੋਝ ਪਾਉਣ ਦਾ ਕੰਮ ਇਸ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਮੈਨੂੰ ਪੂਰੀ ਉਮੀਦ ਹੈ ਕਿ ਹੁਣ ਲੋਕਾਂ ਨੂੰ ਸਮਝ ਆ ਰਹੀ ਹੋਵੇਗੀ ਕਿ ਜਿਹੜੀਆਂ ਮੁਫਤ ਦੀਆਂ ਰਿਓੜੀਆਂ ਉਹਨਾਂ ਨੂੰ ਮਿਲ ਰਹੀਆਂ ਨੇ ਉਹ ਸਰਕਾਰ ਦੇ ਵੱਲੋਂ ਕਿਵੇਂ ਦਿੱਤੀਆਂ ਜਾ ਰਹੀਆਂ ਨੇ ਜੋ ਸਰਕਾਰ ਦੇ ਵੱਲੋਂ ਸੱਜੇ ਹੱਥ ਨਾਲ ਲੋਕਾਂ ਨੂੰ ਦਿੱਤਾ ਜਾ ਰਿਹਾ ਏ ਉਹ ਖੱਬੇ ਹੱਥ ਨਾਲ ਟੈਕਸਾਂ ਦੇ ਜ਼ਰੀਏ ਲੋਕਾਂ ਤੋਂ ਸਰਕਾਰ ਦੇ ਵੱਲੋਂ ਵਸੂਲਿਆ ਵੀ ਜਾ ਰਿਹਾ ਹੈ ਸੁਖਪਾਲ ਸਿੰਘ ਖੈਰਾ ਨੇ ਟਵੀਟ ਦੇ ਵਿੱਚ ਰੱਜ ਕੇ ਪੜਾਸ ਕੱਢੀ ਹੈ ਕਹਿਣ ਦਾ ਮਤਲਬ ਇਹ ਹੈ ਖੈਰਾ ਦਾ ਕਿ ਇੱਕ ਹੱਥ ਨਾਲ ਜੇਕਰ ਸਰਕਾਰ ਮੁਫਤ ਦੀਆਂ ਰਿਓੜੀਆਂ ਮੁਫਤ ਦੀਆਂ ਸਕੀਮਾਂ ਦੇ ਵੀ ਰਹੀ ਹੈ ਤਾਂ ਦੂਜੇ ਹੱਥ ਨਾਲ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਕੱਢੀ ਵੀ ਜਾਂਦੀ ਹੈ ਹੁਣ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਰਕਾਰ ਦੇ ਵੱਲੋਂ ਮੁਫਤ ਦੀਆਂ ਰਿਓੜੀਆਂ ਉਹਨਾਂ ਨੂੰ ਕਿਵੇਂ ਦਿੱਤੀਆਂ ਜਾ ਰਹੀਆਂ ਨੇ ਸੁਖਜਿੰਦਰ ਸਿੰਘ ਰੰਦਾਵਾ ਉਹ ਵੀ ਨੇ ਉਹਨਾਂ ਨੇ ਵੀ ਇਸ ਮੁੱਦੇ ਤੇ ਟਵੀਟ ਕੀਤਾ ਹੈ ਮਾਈਨਿੰਗ ਪਾਲਿਸੀ ਤੋਂ ਹਜ਼ਾਰਾਂ ਕਰੋੜਾਂ ਰੁਪਏ ਦੀ ਕਮਾਈ ਦੇ ਸੁਪਨੇ ਵਿਖਾਉਣ ਵਾਲੀ ਪਾਰਟੀ ਆ ਆ ਆਦਮੀ ਦੇ ਉੱਤੇ ਗੁੰਡਾ ਟੈਕਸ ਥੋਪ ਕੇ ਵਸੂਲੀ ਕਰ ਰਹੀ ਹੈ ਭਗਵੰਤ ਮਾਨ ਸਾਹਿਬ ਜਨਤਾ ਨੂੰ ਰਾਹਤ ਦਿਵੋ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਤੇ ਨਾ ਚੱਲੋ ਗੁੰਡਾ ਟੈਕਸ ਹੀ ਦੱਸ ਦਿੱਤਾ ਏ ਸਿੱਧਾ ਹੀ ਸੁਖਜਿੰਦਰ ਸਿੰਘ ਰੰਧਾਵਾਣੇ ਉਹ ਆਖਦੇ ਹਨ ਇਹ ਤਾਂ ਸਿੱਧਾ ਸਿੱਧਾ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਏ ਇਹ ਨਹੀਂ ਨਹੀਂ ਕਰਨਾ ਚਾਹੀਦਾ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਤੇ ਨਹੀਂ ਚੱਲਣਾ ਚਾਹੀਦਾ ਇਹ ਤਾਂ ਹੋ ਗਿਆ ਇੱਕ ਝਟਕਾ ਦੋ ਦਿਨ ਪਹਿਲਾਂ ਹੀ ਇਸ ਝਟਕੇ ਤੋਂ ਦੋ ਦਿਨ ਪਹਿਲਾਂ ਇੱਕ ਹੋਰ ਝਟਕਾ ਮਾਨ ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਸੀ ਗ੍ਰੀਨ ਟੈਕਸ ਇਹ ਤਾਂ ਹੋ ਗਿਆ ਜਿਹੜੇ ਨਵੀਆਂ ਗੱਡੀਆਂ ਖਰੀਦਣਗੇ ਜਾਂ ਫਿਰ ਪੁਰਾਣੀਆਂ ਦੀ ਰਜਿਸਟ੍ਰੇਸ਼ਨ ਕਰਵਾਉਣਗੇ ਉਹਨਾਂ ਨੂੰ ਟੈਕਸ ਦੇਣਾ ਪਵੇਗਾ ਘਰ ਖੜੀਆਂ ਗੱਡੀਆਂ ਤੇ ਵੀ ਟੈਕਸ ਲਾ ਦਿੱਤਾ ਮਾਨ ਸਰਕਾਰ ਨੇ ਗ੍ਰੀਨ ਟੈਕਸ ਉਹਦਾ ਨਾਮ ਰੱਖਿਆ ਜਿਹੜੀਆਂ ਗੱਡੀਆਂ 15 ਸਾਲ ਤੋਂ ਪੁਰਾਣੀਆਂ ਹਨ ਨਿੱਜੀ ਵਾਹਨ ਉਹਨਾਂ ਤੇ ਵੀ ਟੈਕਸ ਲਾ ਦਿੱਤਾ ਹਜ਼ਾਰਾਂ ਰੁਪਏ ਅਤੇ ਜਿਹੜੀਆਂ ਕਮਰਸ਼ੀਅਲ ਗੱਡੀਆਂ ਹਨ ਉਹ ਜੇਕਰ 8 ਸਾਲ ਤੋਂ ਪੁਰਾਣੀਆਂ ਨੇ ਤਾਂ ਉਹਨਾਂ ਨੂੰ ਵੀ ਟੈਕਸ ਦਾ ਭੁਗਤਾਨ ਕਰਨਾ ਪਵੇਗਾ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਇਹ ਵੀ ਚਟਕਾ ਦਿੱਤਾ ਜੇਕਰ ਨਿੱਜੀ ਦੁਪਈਆ ਵਾਹਨ ਹੈ ਪੈਟਰੋਲ ਵਾਲੇ ਵਾਹਨ ਨੂੰ 500 ਰੁਪਏ ਸਲਾਨਾ ਗ੍ਰੀਨ ਟੈਕਸ ਦੇਣਾ ਪਵੇਗਾ ਇਹ ਫੈਸਲਾ ਲਿਆ ਸਰਕਾਰ ਨੇ ਮਤਲਬ 5 ਸਾਲਾਂ ਦਾ 2500 ਰੁਪਇਆ ਗ੍ਰੀਨ ਟੈਕਸ ਨਿੱਜੀ ਦੋ ਪਹੀਆ ਵਾਹਨਾਂ ਦੇ ਲਈ ਡੀਜ਼ਲ ਵਾਲੇ ਵਾਹਨਾਂ ਨੂੰ 500 ਦੀ ਥਾਂ ਤੇ 1000 ਰੁਪਇਆ ਸਲਾਨਾ ਭੁਗਤਾਨ ਕਰਨਾ ਪਵੇਗਾ 4 ਪਹੀਆ ਵਾਹਨ ਜੇਕਰ ਨਿੱਜੀ ਹੈ ਤਾਂ ਪٹرول ਵਾਲਿਆਂ ਤੇ ਜਿਨ੍ਹਾਂ ਦੀ ਸਮਰੱਥਾ ਇੰਜਣ ਦੀ 1500 ਸੀਸੀ ਤੋਂ ਘੱਟ ਹੈ ਉਹਨਾਂ ਨੂੰ ਸਲਾਨਾ 3000 ਰੁਪਇਆ ਭਰਨਾ ਪਵੇਗਾ ਜਿਨ੍ਹਾਂ ਦੀ ਸਮਰੱਥਾ 1500 cc ਤੋਂ ਵੱਧ ਹੈ ਪੈਟਰੋਲ ਵਾਲੀਆਂ ਗੱਡੀਆਂ ਨੇ ਚਾਰ ਪਹੀਆ ਵਾਹਣਾ ਉਹਨਾਂ ਨੂੰ 4000 ਰੁਪਇਆ ਪਰ ਨਾ ਪਵੇਗਾ ਸਲਾਨਾ ਡੀਜ਼ਲ ਵਾਲੇ ਚਾਰ ਪਹੀਆ ਵਾਹਣਾ 1500 cc ਤੋਂ ਘੱਟ 4000 ਰੁਪਏ ਗ੍ਰੀਨ ਟੈਕਸ ਡੀਜ਼ਲ ਵਾਲੇ ਚਾਰ ਪਹੀਆ ਵਾਹਨ ਜਿਨ੍ਹਾਂ ਦੀ ਸਮਰੱਥਾ ਇੰਜਣ ਦੀ 1500 ਸੀਸੀ ਤੋਂ ਵੱਧ ਹੈ ਉਹਨਾਂ ਨੂੰ 6000 ਰੁਪਿਆ ਗ੍ਰੀਨ ਟੈਕਸ ਸਾਲਾਨਾ ਪਰਨਾ ਪਵੇਗਾ ਸਰਕਾਰ ਨੇ ਇਹ ਫੈਸਲਾ ਸੁਣਾ ਦਿੱਤਾ ਜਿਹੜੇ ਵਪਾਰਕ ਵਾਹਨ ਨੇ ਕਮਰਸ਼ਲ ਉਹਨਾਂ ਨੂੰ 8 ਸਾਲ ਬਾਅਦ ਹੀ ਦੇਣਾ ਪਵੇਗਾ ਜਿਹੜੇ 8 ਸਾਲ ਪੁਰਾਣੇ ਨੇ ਨਿੱਜੀ ਤਾਂ ਹੋ ਗਏ 15 ਸਾਲ ਪੁਰਾਣੀਆਂ ਗੱਡੀਆਂ ਪਰ ਜਿਹੜੀਆਂ ਕਮਰਸ਼ਲ ਨੇ ਵਪਾਰਕ ਨੇ ਉਹਨਾਂ ਤੇ 8 ਸਾਲ ਜੇਕਰ ਉਹ ਪੁਰਾਣੀਆਂ ਨੇ ਤਾਂ ਟੈਕਸ ਦੇਣਾ ਪਵੇਗਾ ਦੋ ਪਹੀਆ ਵਾਹਨ ਤੇ 250 ਰੁਪਿਆ ਸਾਲਾਨਾ ਤਿੰਨ ਪਹੀਆ ਵਾਹਨ ਭਾਵ ਔਟੋ ਰਿਕਸ਼ਾ ਆਦੀ ਉਹਨਾਂ ਤੇ 300 ਰੁਪਿਆ ਜੇਕਰ ਮੈਕਸੀ ਜਾਂ ਫਿਰ ਮੋਟਰ ਕੈਬ ਹੈ ਉਹਨਾਂ ਤੇ 500 ਰੁਪਿਆ ਲਾਈਟ ਮੋਟਰ ਵਾਹਨ ਉਹਨਾਂ ਤੇ 1500 ਰੁਪਿਆ ਮੱਧਮ ਮੋਟਰ ਵਾਹਨ 2000 ਰੁਪਿਆ ਭਾਰੀ ਵਾਹਨ ਉਹਨਾਂ ਤੇ 2500 ਰੁਪਏ ਗ੍ਰੀਨ ਟੈਕਸ ਪੰਜਾਬ ਸਰਕਾਰ ਦੇ ਵੱਲੋਂ ਲਾਇਆ ਗਿਆ ਸੀ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਵੀ ਸ਼੍ਰੇਣੀ ਨਹੀਂ ਛੱਡੀ ਐ ਭਾਵੇਂ ਤੁਹਾਡੇ ਕੋਲ ਮੋਟਰਸਾਈਕਲ ਹੀ ਕਿਉਣਾ ਹੋਵੇ ਸਕੂਟਰੀ ਕਿਉਣਾ ਹੋਵੇ ਟੈਕਸ ਤਾਂ ਦੇਣਾ ਪਵੇਗਾ ਗ੍ਰੀਨ ਟੈਕਸ ਵਾਲਾ ਫੈਸਲਾ ਪੰਜਾਬ ਸੂਬੇ ਦੇ ਵਿੱਚ 1 ਸਤੰਬਰ ਤੋਂ ਲਾਗੂ ਹੋਵੇਗਾ ਪਰ ਆਰ ਸੀ ਟੈਕਸ ਵਾਲਾ ਫੈਸਲਾ ਨਵੀਆਂ ਗੱਡੀਆਂ ਦੀ ਜਾਂ ਫਿਰ ਪੁਰਾਣੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਫੀਸ ਜੋ ਵਧਾਈ ਗਈ ਹੈ ਉਸ ਦਾ ਫੈਸਲਾ ਉਸੇ ਵੇਲੇ ਹੀ ਪੰਜਾਬ ਦੇ ਵਿੱਚ ਲਾਗੂ ਹੋ ਚੁੱਕਾ ਹੈ ਇਹ ਦੋ ਵੱਡੇ ਝਟਕੇ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੇ ਗਏ ਨੇ رائے ਇੱਥੇ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਹਾਂ ਕਿ ਇਹਨਾਂ ਦੋ ਝਟਕਿਆਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਜੇਕਰ ਇਸ ਤਰ੍ਹਾਂ ਹੀ ਹਰ ਖਬਰ ਨੂੰ ਪੱਕਤ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਆ ਤੁਹਾਨੂੰ ਮਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ